ਆਪਣੇ ਹੀ ਉਧਾਰ ਦਿੱਤੇ ਪੈਸੇ ਮੰਗਣ ਗਏ ਵਿਅਕਤੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਦਰਅਸਲ ਇੱਕ 60 ਸਾਲ ਦੇ ਵਿਅਕਤੀ ਨੇ ਕਿਸੇ ਨੂੰ 1,20,000 ਰੁਪਏ ਉਧਾਰੇ ਦਿੱਤੇ ਸੀ, ਪਰ ਜਦੋਂ ਉਸਦੇ ਵੱਲੋਂ ਜਾ ਕੇ ਉਹਨਾਂ ਤੋਂ ਪੈਸੇ ਮੰਗੇ ਗਏ ਤਾਂ ਉਹਨਾਂ ਨੇ ਪੈਸੇ ਦੇਣ ਦੀ ਥਾਂ ਉਸਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਹਾਲਾਂਕਿ ਕੁੱਟਮਾਰ ਤੋਂ ਬਾਅਦ ਉਹ ਕਾਫੀ ਜ਼ਿਆਦਾ ਜ਼ਖਮੀ ਹੋ ਜਾਂਦਾ ਹੈ, ਬਾਂਹ ਦੇ ਉੱਤੇ ਉਸਦੇ ਸੱਟ ਲੱਗਦੀ ਹੈ ਅਤੇ ਉਹ ਇਲਾਜ ਦੇ ਲਈ ਜਦੋਂ ਹਸਪਤਾਲ ਜਾਂਦਾ ਤਾਂ ਉੱਥੋਂ ਆ ਕੇ ਪੁਲਿਸ ਨੂੰ ਵੀ ਇਸ ਦੀ ਸ਼ਿਕਾਇਤ ਦਿੱਤੀ ਜਾਂਦੀ ਹੈ ਅਤੇ ਪੁਲਿਸ ਦੇ ਵੱਲੋਂ ਵੀ ਹੁਣ ਕੋਈ ਕਾਰਵਾਈ ਨਾ ਕਰਨ ਦੇ ਇਸ ਵਿਅਕਤੀ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ। ਤਾਂ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਵਿਅਕਤੀ ਨੂੰ 1,20,000 ਰੁਪਏ ਉਧਾਰ ਦੇਣੇ ਕਾਫੀ ਮਹਿੰਗੇ ਪੈ ਗਏ ਨੇ। ਜਿਹਨੂੰ ਪੈਸੇ ਉਧਾਰ ਦਿੱਤੇ ਉਸਨੇ ਉਸ ਵਿਅਕਤੀ ਦੇ ਨਾਲ ਕੁੱਟਮਾਰ ਕੀਤੀ। ਹਾਲਾਂਕਿ ਕੁੱਟਮਾਰ ਦੀ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਖੜਾ ਨਜ਼ਰ ਆ ਰਿਹਾ ਅਤੇ ਉਸਦੇ ਨਾਲ ਦੂਸਰਾ ਵਿਅਕਤੀ ਧੱਕਾ ਮੁੱਕੀ ਕਰ ਰਿਹਾ। ਇਸ ਤੋਂ ਇਲਾਵਾ ਉਸਦੇ ਵੱਲੋਂ ਕੁਝ ਹੱਥ ਦੇ ਵਿੱਚ ਫੜਿਆ ਹੋਇਆ ਸੀ, ਉਹ ਵੀ ਚੱਕ ਕੇ ਉਸ ਵਿਅਕਤੀ ਦੇ ਉੱਤੇ ਮਾਰ ਦਿੱਤਾ ਜਾਂਦਾ, ਜਿਸ ਦੇ ਵਿੱਚ ਉਹ ਵਿਅਕਤੀ ਕਾਫੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਅਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ। ਤਾਂ ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਜਦੋਂ ਉਸ ਵਿਅਕਤੀ ਨੇ ਆ ਕੇ ਉਹਨਾਂ ਦੇ ਖਿਲਾਫ ਸ਼ਿਕਾਇਤ ਦਿੱਤੀ ਤਾਂ ਪੁਲਿਸ ਦੇ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਦੇ ਕਾਰਨ ਹੁਣ ਇਹ 60 ਸਾਲ ਦਾ ਵਿਅਕਤੀ ਥਾਣੇ ਦੇ ਵਿੱਚ ਜਾ ਕੇ ਵਾਰ-ਵਾਰ ਠੋਕਰਾਂ ਖਾ ਰਿਹਾ। ਪਰ ਪੁਲਿਸ ਦੇ ਵੱਲੋਂ ਹਾਲੇ ਕੋਈ ਵੀ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ। ਤਾਂ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਵਿਅਕਤੀ ਨੂੰ ਉਧਾਰ ਦੇਣੇ 1,20,000 ਕਾਫੀ ਮਹਿੰਗੇ ਪੈ ਗਏ ਨੇ। ਮੇਰਾ ਨਾਂ ਹੈ ਜਗਤਿੰਦਰ ਸਿੰਘ ਭਾਟੀਆ, ਪਿਤਾ ਦਾ ਨਾਂ ਹੈ ਸੁਰਿੰਦਰ ਸਿੰਘ, ਵਾਸੀ ਮੈਂ ਹੈਗਾ ਜੇ ਕੋਟ ਬਾਬਾ ਦੀਪ ਸਿੰਘ, ਗਲੀ ਨੰਬਰ 7। ਇਹ ਕਾਰਨ ਹੈ ਜੀ, ਮੇਰਾ ਕਦੇ ਹੱਥ ਦੱਸੀ ਪੈਸੇ ਲੈਣ ਦੇਣ ਦਾ ਹੈਗਾ ਜੀ ਕਿਸੇ ਨਾਲ। ਮਾਨ ਸਿੰਘ ਜਿਹੜਾ ਦਰੂਨ ਦਾ ਮੁੰਡਾ, ਇਹ ਦੁਕਾਨ ਕਰਦਾ ਕੱਪੜੇ ਦੀ, ਅਤੇ ਉਹਦੇ ਕੋਲ ਮੈਂ 1,20,000 ਰੁਪਈਆ ਰਕਮ ਲੈਣੀ ਹੈ ਅਤੇ ਮੈਂ 2-3-4 ਵਾਰੀ ਉਹਦੇ ਕੋਲ ਮੰਗਣ ਗਿਆ ਹੈ ਅਤੇ ਉਹਨੇ ਮੈਨੂੰ ਦਿਮਾਗੀ ਪਰੇਸ਼ਾਨੀ ਮਤਲਬ ਕਿ ਕੀਤੀ ਹੈ, ਮੇਰੇ ਨਾਲ ਬੜਾ ਵੱਧ ਸਲੂਕ ਕੀਤਾ ਉਹਦੇ ਨਾਲ, ਉਹਨੇ ਮੇਰੇ ਨਾਲ ਉਹਦੇ ਨਾਲ ਮੇਰੀ ਦਿਮਾਗ ਦੀ ਪਰੇਸ਼ਾਨੀ ਵੱਧ ਗਈ ਸੀ ਅਤੇ ਮੈਨੂੰ ਉਹਦੇ ਨਾਲ ਪੈਰਾਂ ਦਾ ਅਟੈਕ ਦਾ ਵੀ ਥੋੜ੍ਹਾ ਅਸਰ ਪਿਆ ਗਿਆ। ਉਸ ਤੋਂ ਬਾਅਦ ਇਹ ਮੇਰੀ ਦੁਕਾਨ 'ਤੇ ਆਇਆ ਹੈ, ਮੇਰੀ ਦੁਕਾਨ ਦੇ ਉੱਪਰ ਬੜਾ ਵਾਹਜਾਦ ਬੋਲ ਕੇ ਆਇਆ, ਕਿਸੇ ਦੋ ਮੁੰਡਿਆਂ ਨੂੰ ਨਾਲ ਲੈ ਕੇ ਆਇਆ ਸੀ, ਮੈਨੂੰ ਹੋਰ ਉਹਨੇ ਆਣ ਕੇ ਦੁਕਾਨ 'ਤੇ ਪਰੇਸ਼ਾਨ ਕੀਤਾ। ਮੈਂ ਇਸ ਤੋਂ ਬਾਅਦ ਇਹਨਾਂ ਦੀ ਦੁਕਾਨ ਦੇ ਸਾਹਮਣੇ ਮੇਰੇ ਇੱਕ ਦੋਸਤ ਦੀ ਦੁਕਾਨ ਹੈ, ਉਹ ਵੀ ਮੇਰਾ ਉਹਦੇ ਨਾਲ ਵਪਾਰ ਚੱਲਦਾ, ਲੈਣ ਦੇਣ ਚੱਲਦਾ, ਮੈਂ ਉਸਦੀ ਦੁਕਾਨ 'ਤੇ ਬੈਠਾ ਦਾ ਸੀ। ਇਹ ਦੋਵੇਂ ਪਿਓ ਪੁੱਤਰ ਆਪਣੀ ਦੁਕਾਨ ਤੋਂ ਲਲਕਾਰਾ ਮਾਰਦੇ ਹੋਏ ਮੇਰੇ ਵੱਲ ਗਾਲ ਮੰਦਾ ਕੱਢਦੇ, ਲਲਕਾਰਾ ਮਾਰਦੇ ਮੇਰੇ ਵੱਲ ਆਏ। ਇਹਦੇ ਸ਼ੈਂਕੀ ਨਾਂ ਦੇ ਮੁੰਡੇ ਨੇ ਮੇਰੇ ਬਹੁਤ ਜ਼ੋਰ ਦੀ ਆਪਣਾ ਮੋਬਾਈਲ ਮੇਰੇ ਮਾਰਿਆ, ਉਹ ਮੈਂ ਅੱਗੇ ਆਪਣੇ ਹੱਥ ਕਰਤਾ, ਉਹ ਮੇਰੇ ਖੱਬੀ ਬਾਂਹ ਦੇ ਗੁੱਟ 'ਤੇ ਜਾਣ ਕੇ ਵੱਜਿਆ, ਮੌਕੇ 'ਤੇ ਹੀ ਉਹ ਮੇਰੀ ਬਾਂਹ ਸਾਰੀ ਸੁੱਜ ਗਈ। ਅਤੇ ਉਸ ਤੋਂ ਬਾਅਦ ਮੈਂ ਇਹਦੇ ਫਾਦਰ ਸਾਹਿਬ ਆ ਗਏ, ਉਹ ਵੀ ਮੇਰੇ ਗੱਲ ਪੈਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ। ਉਸ ਤੋਂ ਬਾਅਦ ਮੈਂ ਚਲ ਗਿਆ ਬੀਡੀਵੀ ਥਾਣੇ, ਇੰਸਪੈਕਟਰ ਸਾਹਿਬ ਕੋਲ ਪੇਸ਼ ਹੋਇਆ। ਮੈਂ ਇੰਸਪੈਕਟਰ ਸਾਹਿਬ ਨੇ ਆਖਿਆ ਮੈਨੂੰ ਕਿ ਆਪਣੀ ਦਰਖਾਸਤ ਲੈ ਕੇ ਦਿਓ, ਮੈਂ ਆਪਣੀ ਦਰਖਾਸਤ ਲੈ ਕੇ ਦਿੱਤੀ। ਉਹ ਦਰਖਾਸਤ ਉਹਨਾਂ ਨੇ ਕੀਤੀ, ਨਰਵੈਲ ਸਿੰਘ ASI ਨੂੰ ਉਹਨਾਂ ਨੇ ਮਾਰ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਮੇਰਾ ਡਾਟ ਕੱਟਿਆ, 14/6/2024 ਡਾਟ ਕੱਟਿਆ ਅਤੇ ਮੈਨੂੰ ਸਿਵਲ ਹਸਪਤਾਲ ਭੇਜਤਾ। ਸਿਵਲ ਹਸਪਤਾਲ ਜਾ ਕੇ ਮੈਂ ਆਪਣਾ ਸਾਰਾ ਮੈਡੀਕਲ ਕਰਾਇਆ, ਜੋ ਵੀ ਹੈ ਐਕਸਰਾ ਕਰਾਇਆ, ਅਤੇ ਉਹਨਾਂ ਨੇ ਮੈਨੂੰ ਜੋ ਵੀ ਆਪਣਾ ਸਿਵਲ ਹਸਪਤਾਲ ਦੀ ਰਿਪੋਰਟ ਦਿੱਤੀ ਅੰਡਰ ਐਕਸਰਾ, ਉਹ ਮੈਂ ਥਾਣੇ ਲੈ ਕੇ ਆਇਆ। ਥਾਣੇ ਮੈਂ ਨਿਰਵੈਲ ਸਿੰਘ ਨੂੰ ਮਿਲਿਆ, ਉਹਨਾਂ ਨੇ ਜਾ ਕੇ ਉੱਥੋਂ ਦਾ ਮੌਕਾ ਦੇਖਿਆ, ਬਕੂਆ ਦੇਖਿਆ, ਵੀਡੀਓ ਦੇ ਵਿੱਚ CCTV ਕੈਮਰੇ ਜਿਹੜੀ ਫੋਟੋ ਆਈ
ਉਹ ਵੀ ਸਕਰੀਨ ਤੇ ਆਣ ਕੇ ਨਾ ਦੇਖੀ, ਉਹਦੀ ਵੀਡੀਓ ਵੀ ਮੇਰੇ ਕੋਲ ਹੈਗੀ ਹੈ। ਅੱਛਾ, ਉਸ ਤੋਂ ਬਾਅਦ ਇਹਨਾਂ ਨੂੰ ਮੈਂ ਸਵੇਰੇ ਦੂਸਰੇ ਦਿਨ ਨਿਰਵੈਲ ਸਿੰਘ ASI ਨੂੰ ਮੈਂ ਫੋਨ ਕੀਤਾ, ਸਰ ਸਾਡੀ ਦਰਖਾਸਤ ਦਾ ਕੀ ਕੀਤਾ ਤੁਸੀਂ? ਇਹਨਾਂ ਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ, ਕਹਿੰਦੇ ਜੀ ਸਾਡਾ ਇਲਾਕਾ ਨਹੀਂ ਲੱਗਦਾ, ਇਹ ਤੁਹਾਡਾ ਰਾਮਬਾਗ ਨੂੰ ਇਲਾਕਾ ਲੱਗਦਾ, ਤੁਸੀਂ ਉੱਥੇ ਜਾਓ। ਹੁਣ ਇਹ ਨਹੀਂ ਪਤਾ ਇਹਨਾਂ ਨੇ ਰਾਤੋਂ ਰਾਤ ਕੀ ਪਲਟੀ ਮਾਰੀ, ਕੀ ਨਹੀਂ ਮਾਰੀ, ਕੀ ਇਹਨਾਂ 'ਤੇ ਪ੍ਰੈਸ਼ਰ ਪਿਆ ਜਾਂ ਕੀ ਇਹਨਾਂ ਨਾਲ ਕੀ ਹੋਇਆ ਕੀ ਨਹੀਂ। ਇਹਨਾਂ ਉਸ ਤੋਂ ਬਾਅਦ ਮੇਰਾ ਕੋਈ ਪੱਲਾ ਨਹੀਂ ਫੜਾਇਆ, ਕਦੀ ਜੀ ਇਹਦਾ ਕੁਝ ਨਹੀਂ ਬਣਨਾ, ਕਦੀ ਇਹਦਾ ਇਹ ਨਹੀਂ ਹੋਣਾ, ਕਦੀ ਉਹ ਨਹੀਂ ਹੋਣਾ। ਮੇਰੇ ਹੈ ਜੀ ਨਿਰਵੈਲ ਸਿੰਘ ASI ਨੇ ਉਦੋਂ ਨਹੀਂ ਉਹਨਾਂ ਮੈਨੂੰ ਆਖਿਆ ਕੁਝ ਵੀ, ਉਹਨਾਂ ਡਾਟ ਕੱਟੀ, ਮੈਂ ਤੇ ਉਹਨਾਂ ਨੂੰ ਆਖਿਆ ਕਿ ਡਾਟ ਤੁਸੀਂ ਕੱਟੀ ਹੈ ਤੇ ਤੁਸੀਂ ਮਤਲਬ ਕਾਰਵਾਈ ਕਰਨੀ ਹੈ। ਇਹਨਾਂ ਮੈਨੂੰ ਫਿਰ ਕਾਗਜ਼ ਕਹਿੰਦੇ ਜੀ ਵਾਪਸ ਲੈ ਜਾਓ ਆਪਣੇ, ਇਹਨਾਂ ਮੈਨੂੰ ਧੱਕੇ ਨਾਲ ਕਾਗਜ਼ ਵਾਪਸ ਦਿੱਤੇ, ਰਾਮਬਾਗ ਰੈਫਰ ਕਰਤਾ। ਰਾਮਬਾਗ ਮੈਂ ਇੰਸਪੈਕਟਰ ਸਾਹਿਬ ਨੂੰ ਮਿਲਿਆ, ਇੰਸਪੈਕਟਰ ਸਾਹਿਬ ਨੇ ਹਰਦਿਆਲ ਸਿੰਘ ASI ਨੂੰ ਮਾਰ ਕੀਤੀ ਦਰਖਾਸਤ। ਉਹਨਾਂ ਨੇ ਇੱਕ ਹਫ਼ਤਾ ਰੱਖ ਕੇ ਤੇ ਉਹਨਾਂ ਨੇ ਸਾਨੂੰ ਆਖਿਆ ਜੀ ਇਹ ਡਾਟ ਜਿੱਥੇ ਕੱਟੀ ਹੈ ਉਹਨਾਂ ਨੇ ਪਰਚਾ ਕੱਟਣਾ, ਇਹ ਸਾਡਾ ਕੰਮ ਨਹੀਂ ਹੈਗਾ। ਉਹਨਾਂ ਨੇ ਸਾਨੂੰ ਕਾਗਜ਼ ਵਾਪਸ ਦੇ ਦਿੱਤੇ ਇੱਕ ਹਫ਼ਤੇ ਬਾਅਦ। ਉਸ ਤੋਂ ਬਾਅਦ ਅਸੀਂ ਇੰਸਪੈਕਟਰ ਸਾਹਿਬ ਕੋਲ ਪੇਸ਼ ਹੋਏ, ਇੰਸਪੈਕਟਰ ਸਾਹਿਬ ਰਣਜੀਤ ਸਿੰਘ ਹੋਰੀ ਇਸ ਟਾਈਮ SHO ਸਾਹਿਬ, ਉਹਨਾਂ ਕੋਲ ਪੇਸ਼ ਹੋਇਆ, ਉਹਨਾਂ ਨੇ ਮਾਰਕ ਕੀਤੀ ਫਿਰ ਨਿਰਵੈਲ ਸਿੰਘ ਨੂੰ। ਨਿਰਵੈਲ ਸਿੰਘ ਨੇ ਕੋਈ ਪੱਲਾ ਨਹੀਂ ਫੜਾਇਆ, ਕੋਈ ਕੁਝ ਨਹੀਂ ਕੀਤਾ। ਉਸ ਤੋਂ ਬਾਅਦ ਇਹਨਾਂ ਨੇ ਦੇਤੀ, ਮੈਂ ਹਰ ਰੋਜ਼ ਮਤਲਬ ਕਿ ਇੰਸਪੈਕਟਰ ਸਾਹਿਬ ਕੋਲ ਪੇਸ਼ ਹੁੰਦਾ ਰਿਹਾ। ਉਹਨਾਂ ਨੇ ਫਿਰ ਭੇਜਤੀ ਕਰਨਜੀਤ ਸਿੰਘ ASI ਕੋਲ, ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ। ਪਰਸੋਂ ਮੈਨੂੰ ਟੈਲੀਫੋਨ ਆਇਆ ਜੀ ਜਸਪਾਲ ਸਿੰਘ ASI ਦਾ, ਆਓ ਜੀ ਤੁਹਾਨੂੰ ਕੀ ਪ੍ਰੋਬਲਮ ਹੈਗੀ, ਮੈਨੂੰ ਦੱਸੋ ਜੀ, ਮੈਨੂੰ ਆਪਣੀ ਦਰਖਾਸਤ ਦਿਓ ਜੀ ਇਸ ਤਰ੍ਹਾਂ। ਮੈਂ ਸਰ ਮੈਨੂੰ ਮਹੀਨੇ ਤੋਂ ਉੱਪਰ ਹੋ ਗਿਆ, ਮੇਰੀ ਕੋਈ ਸੁਣਵਾਈ ਨਹੀਂ ਹੋਈ ਅਜੇ ਤੱਕ, ਅਤੇ ਇਹ ਮੇਰੀ ਸੁਣਵਾਈ ਕਦੀ ਕਿਸੇ ਕੋਲ ਭੇਜ ਦਿੰਦੇ, ਕਦੀ ਕਿਸੇ ਕੋਲ, ਕਦੀ ਕਿਸੇ ਕੋਲ। ਐਂਡ 'ਤੇ ਜਾ ਕੇ ਮੈਂ ਵੱਡੇ ਅਧਿਕਾਰੀਆਂ ਕੋਲ ਪੇਸ਼ ਹੋਇਆ, CP ਸਾਹਿਬ ਨੂੰ ਰਜਿਸਟਰੀਆਂ ਕੱਢੀਆਂ, ਮੁੱਖ ਮੰਤਰੀ ਸਾਹਿਬ ਨੂੰ ਕੱਢੀਆਂ, ਉੱਥੋਂ ਵੀ ਮੈਂ ਸਾਰਾ ਡਿਸਪੈਚ ਨੰਬਰ ਲਿਆ ਉਹਨਾਂ ਕੋਲ। ਮਜਬੂਰਨ ਹੋ ਕੇ CP ਸਾਹਿਬ ਮਜਬੂਰਨ ਹੋ ਕੇ ਜਦੋਂ ਮੇਰੀ ਥਾਣੇ ਵਾਲਿਆਂ ਤਲਿਆਈ ਨਹੀਂ ਕੋਈ ਕੀਤੀ, ਮੈਨੂੰ ਮਜਬੂਰਨ ਹੋ ਕੇ ਉੱਪਰ ਉਹਨਾਂ ਦੀ ਨੋਟਿਸ 'ਚ ਲਿਆਉਣਾ ਪਿਆ। ਉਸ ਤੋਂ ਬਾਅਦ ਵੀ ਲਿਆਉਣ ਤੋਂ ਬਾਅਦ ਵੀ ਇਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ, ਅਜੇ ਤੱਕ ਕੋਈ ਸੁਣਵਾਈ ਨਹੀਂ ਕੀਤੀ। ਮੰਗ ਅਸੀਂ ਇਹ ਕਰਨੀ ਹੈ ਕਿ ਜਿਹੜੀ ਇਹਨਾਂ ਨੇ ਸਾਡੇ ਦੇ ਹੱਥ ਚੁੱਕਿਆ, ਮੇਰੀ ਉਮਰ ਹੈ 60 ਸਾਲ ਦੀ, ਔਰ ਜਿਸ ਲੜਕੇ ਨੇ ਮੇਰੇ ਦੇ ਹੱਥ ਚੁੱਕਿਆ ਮੋਬਾਈਲ ਮਾਰਿਆ, ਉਹਨੇ ਮਤਲਬ ਕਿ ਮੇਰੇ ਲੜਕੇ ਦੀ ਉਮਰ ਤੋਂ ਵੀ ਛੋਟਾ ਹੈ। ਲੇਕਿਨ ਮੇਰੇ ਕੋਲ ਪ੍ਰੂਫ ਹੈਗਾ ਜੀ, ਵੀਡੀਓ ਫਿਲਮ ਉਹਦੀ ਮੂਵੀ ਹੈਗੀ ਮੇਰੇ ਕੋਲ, ਉਹ ਵੀ ਮੈਂ ਤੁਹਾਨੂੰ ਦੇਵਾਂਗਾ ਜੀ। ਮੈਂ ਪੁਲਿਸ ਪ੍ਰਸ਼ਾਸਨ ਨੂੰ ਸਾਰਿਆਂ ਦਿਖਾਈ ਹੈ ਜੀ, ASI ਸਾਹਿਬ ਤਿੰਨਾਂ ਚਾਰਾਂ ਜਿਨ੍ਹਾਂ ਕੋਲ ਮੇਰੀ ਰੈਫਰ ਕੀਤੀ ਹੈ ਉਹਨਾਂ ਦਿਖਾਈ ਹੈ, SHO ਸਾਹਿਬ ਨੂੰ ਦਿਖਾਈ ਹੈ, ਉੱਥੇ ਰਾਮਬਾਗ SHO ਸਾਹਿਬ ਨੂੰ ਦਿਖਾਈ, ਸਾਰਿਆਂ ਤੱਕ ਤਕਰੀਬਨ ਦਿਖਾਈ ਹੈ। ਕਾਰਵਾਈ ਮੈਨੂੰ ਤਾਂ ਸਮਝ ਨਹੀਂ ਆਉਂਦੀ, ਬਸ ਟਾਲ ਮਲੋਲੀ ਕਰੀ ਜਾਂਦੇ ਆ, ਔਰ ਕੋਈ ਦਰਖਾਸਤ ਜਾਂ ਕਦੀ ਉਹਨੂੰ ਭੇਜ ਦਿੰਦੇ, ਕਦੀ ਉਹਨੂੰ ਭੇਜ ਦੇ, ਕਦੀ ਨਿਰਵੈਲ ਸਿੰਘ ਕੋਲ ਚੱਲ ਜਾਏਗੀ, ਉਹਨਾਂ ਕੋਲ ਸਾਡੀ ਕਾਰਵਾਈ ਕਰ। ਮੰਗ ਕਰ ਰਹੇ ਸਾਡੀ ਸੁਣਵਾਈ ਕੀਤੀ ਜਾਏ, ਜਿਹੜੇ ਦੋਸ਼ੀ ਹੈ ਉਹਨਾਂ ਥਾਣੇ ਲਿਆ ਕੇ ਉਹਨਾਂ ਜੋ ਬਣਦੀ ਕਾਰਵਾਈ ਕੀਤੀ ਜਾਵੇ। ਅੱਜ ਜਗਤਿੰਦਰ ਸਿੰਘ ਵੱਲੋਂ ਸਾਨੂੰ ਕੰਪਲੇਂਟ ਆਈ ਹੈ ਵੀ ਉਹ ਸ਼ੈਂਕੀ ਨਾਂ ਦਾ ਲੜਕਾ ਹੈ, ਉੱਥੇ ਕੱਪੜੇ ਦਾ ਕਾਰੋਬਾਰ ਕਰਦਾ, ਇਹਨਾਂ ਦਾ ਕੋਈ ਕਮੇਟੀਆਂ ਦਾ ਲੈਣ ਦੇਣ ਹੋਇਆ ਸੀ ਜਿਸ ਕਰਕੇ ਇਹਨਾਂ ਦੀ ਲੜਾਈ ਹੋਈ ਹੈ। ਹੁਣ ਅਸੀਂ ਇਹਦੇ ਵਿੱਚ ਇਹਨਾਂ ਨੂੰ ਟਾਕਟ ਵਗੈਰਾ ਕੱਟ ਕੇ ਦਿੱਤਾ ਹੈ, ਅਤੇ ਆਪਸੀ ਇਹਨਾਂ ਦੀ ਪਹਿਲਾਂ ਵੀ ਇਹਨਾਂ ਦੀ ਕੋਈ ਰੰਜਿਸ਼ਬਾਜ਼ੀ ਹੈਗੀ ਸੀ ਇਸ ਕਰਕੇ ਇਹਨਾਂ ਦੀ ਲੜਾਈ ਹੋਈ ਹੈ। ਬਾਕੀ ਜੋ ਵੀ ਹੈ ਬਣਦੀ ਕਾਰਵਾਈ ਸਾਡੇ ਵੱਲੋਂ ਕੀਤੀ ਜਾ ਰਹੀ ਹੈ। ਪਰ ਲਗਾਤਾਰ ਪਾਰਟੀ ਦਾ ਇਲਜ਼ਾਮ ਲਾਈ ਜਾ ਰਿਹਾ ਵੀ ਮੈਨੂੰ ਬੁਲਾ ਕੇ ਮੇਰੇ ਨਾਲ ਕੋਈ ਗੱਲਬਾਤ ਨਹੀਂ। ਉਹ ਇਹ ਜਦੋਂ ਇਹਨਾਂ ਨੂੰ ਬੁਲਾਈਦਾ ਹੈ ਉਦੋਂ ਇਹ ਨਹੀਂ ਆਉਂਦੇ, ਦੂਸਰੀ ਪਾਰਟੀ ਆ ਜਾਂਦੀ ਹੈ, ਜਦੋਂ ਦੂਸਰੀ ਪਾਰਟੀ ਨੂੰ ਬੁਲਾਈਦਾ ਵਾ ਉਦੋਂ ਇਹ ਆ ਜਾਂਦੇ, ਉਹ ਦੂਸਰੀ ਪਾਰਟੀ ਨਹੀਂ ਆਉਂਦੀ। ਇਸ ਤਰ੍ਹਾਂ ਇਹਨਾਂ ਦਾ ਆਪਸ ਵਿੱਚ ਤਾਲਮੇਲ ਨਹੀਂ ਬੈਠਣ ਡਿਆ, ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਹੈ,
ਬਾਕੀ ਇਹਨਾਂ ਨੂੰ ਅੱਜ ਸ਼ਾਮ ਨੂੰ ਬੁਲਾਇਆ, ਦੋਵਾਂ ਪਾਰਟੀਆਂ ਨੂੰ ਬੁਲਾਇਆ, ਜੋ ਵੀ ਆ ਕਾਰਵਾਈ ਸਾਡੇ ਵੱਲੋਂ ਜਿਸ ਤਰ੍ਹਾਂ ਵੀ ਆ ਕੀਤੀ ਜਾਵੇਗੀ। ਸਰ ਪਾਰਟੀ ਦਾ ਕਹਿਣਾ ਕਿਹਾ ਵੀ ਮੁਲਾਜ਼ੇ ਦੀ ਗੱਲ ਹੋਈ ਸੀਗੀ, ਪਹਿਲੋਂ ਡੀ ਡਿਵੀਜ਼ਨ ਵੱਲੋਂ ਮੁਲਾਜ਼ਾ ਕੱਟ ਕੇ ਦਿੱਤਾ ਗਿਆ, ਅਗਲੇ ਦਿਨ ਕਹਿ ਕੇ ਇਹਦਾ ਵੀ ਮੇਰਾ ਬਕੂਆ ਨਹੀਂ ਦਿੰਦਾ। ਬਕੂਆ ਉਦੋਂ ਉੱਥੋਂ ਦੇ ਸਾਡੇ ਜਿਹੜੇ ਐਸ ਆਈ ਸੀ ਉਹਨਾਂ ਨੂੰ ਪਤਾ ਨਹੀਂ ਸੀ ਵੀ ਇਹ ਏਰੀਆ ਕਿੱਥੋਂ ਦਾ ਬਣਦਾ, ਪਰ ਫਿਰ ਵੀ ਸਾਡੇ ਵੱਲੋਂ ਜਿਹੜਾ ਅਡਾਪਟ ਕੀਤਾ ਕੱਟਿਆ ਗਿਆ, ਜੋ ਵੀ ਕਾਰਵਾਈ ਸਾਡੇ ਵੱਲੋਂ ਹੀ ਕੀਤੀ ਜਾਵੇਗੀ ਇਹਦੇ ਵਿੱਚ।